ਚੱਲਦਿਆਂ ਪੂਰੇ ਦੇਸ਼ ਭਰ ਦੇ ਵਿੱਚ ਕਰਫਿਊ ਤੇ ਲੋਕਡਾਊਨ ਦਾ ਜਿਹੜਾ ਐਲਾਨ ਹੋਇਆ ਹੋਇਆ ਜਿਸ ਦੇ ਚੱਲਦਿਆਂ ਲੋਕ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲ ਪਾ ਰਹੇ ਔਰ ਇਸੇ ਦੇ ਚੱਲਦਿਆਂ ਆਵਾਜਾਈ ਵੀ ਪੂਰੇ ਦੇਸ਼ ਭਰ ਦੇ ਵਿੱਚ ਠੱਪ ਹੈ ਤੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲਿਆ ਹੈ ਤਬਦੀਲੀ ਜ਼ਰੂਰ ਦੇਖਣ ਨੂੰ ਮਿਲੀ ਹੈ ਇਸੇ ਦੇ ਚੱਲਦਿਆਂ ਮੌਸਮ ਵਿਗਿਆਨੀ ਮੈਡਮ ਕੇ ਗਿੱਲ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਜੀ ਜਿਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚ ਲੋਕਡਾਊਨ ਕੀਤਾ ਗਿਆ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਏਅਰ ਪੋਲਿਊਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਤੇ ਨਾ ਕਿਤੇ ਵਾਤਾਵਰਨ ਦੇ ਵਿੱਚ ਸਾਫ ਸਫਾਈ ਦੇਖਣ ਨੂੰ ਮਿਲ ਰਹੀ ਹੈ ਤੇ ਕਿਵੇਂ ਲੱਗਦਾ ਕਿ ਬਰਸਾਤ ਕਿੰਨੇ ਜਿਸ ਤਰੀਕੇ ਦੇ ਨਾਲ ਮੌਸਮ ਬਦਲਿਆ ਬਰਸਾਤ ਕਿੰਨੇ ਦਿਨ ਹੈ ਹਾਂਜੀ ਆਪਾਂ ਬਿਲਕੁਲ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਬਹੁਤ ਤਬਦੀਲੀ ਆਈ ਹੈ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਦੇਖਦੇ ਹਾਂ ਕਿ ਕਲਾਈਮੇਟ ਚੇਂਜ ਦੀਆਂ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਕਿ ਜਿਵੇਂ ਮਤਲਬ ਟੈਂਪਰੇਚਰਸ ਵੱਧ ਰਹੇ ਆ ਜਿਹੜੀਆਂ ਰੇਨਫਾਲ ਹੈ ਉਹਦੇ ਚੇਂਜਿਸ ਆ ਰਹੀਆਂ ਨੇ ਸੋ ਜਿਹੜੀਆਂ ਮੌਸਮੀ ਤਬਦੀਲੀਆਂ ਨੇ ਉਹ ਕਾਫੀ ਹੁਣ ਤੱਕ ਆਪਾਂ ਦੇਖ ਰਹੇ ਹਾਂ ਅਬਜ਼ਰਵ ਕਰ ਰਹੇ ਹਾਂ ਕਿ ਇਹ ਸੀਗੀਆਂ ਬਟ ਹੁਣ ਜਦੋਂ ਤੋਂ ਥੋੜ੍ਹਾ ਆਹ ਮਤਲਬ ਆਵਾਜਾਈ ਘਟੀ ਹੈ ਔਰ ਜੋ ਵੀ ਪੋਲਿਊਸ਼ਨ ਉਹਦੇ ਨਾਲ ਕਾਫੀ ਘਟਿਆ ਆ ਏਅਰ ਕੁਆਲਿਟੀ ਇੰਡੈਕਸ ਇੰਪਰੂਵ ਹੋਇਆ ਸੋ ਜੇ ਆਪਾਂ ਇਸ ਤਰ੍ਹਾਂ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਕਾਫੀ ਇੰਪਰੂਵਮੈਂਟ ਹੈਗੀ ਹੈ ਜਿਵੇਂ ਆਪਾਂ ਹਵਾ 'ਚ ਸਾਹ ਵੀ ਲੈਂਦੇ ਹਾਂ ਤਾਂ ਸਾਨੂੰ ਸਾਫ ਲੱਗ ਰਹੀ ਹੈ ਔਰ ਵਿਜ਼ੀਬਿਲਟੀ ਕਾਫੀ ਇੰਪਰੂਵ ਹੋਈ ਹੈ ਸੋ ਇਹਨਾਂ ਚੀਜ਼ਾਂ ਨਾਲ ਆਪਾਂ ਇਹਨਾਂ ਨੂੰ ਜੇ ਪੋਜ਼ਿਟਿਵ ਵੇ ਨਾਲ ਲਈਏ ਤਾਂ ਇੱਕ ਤਰ੍ਹਾਂ ਨਾਲ ਸਾਨੂੰ ਇਹ ਲੱਗ ਰਿਹਾ ਕਿ ਥੋੜ੍ਹਾ ਨੈਚੁਰਲ ਕੰਡੀਸ਼ਨਸ ਜਿਹੜੀਆਂ ਨੇ ਉਹ ਠੀਕ ਹੋਈਆਂ ਨੇ ਪਰ ਜੇ ਆਪਾਂ ਜਿਸ ਤਰ੍ਹਾਂ ਕਿ ਹੁਣ ਤੁਸੀਂ ਫੋਰਕਾਸਟ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਜਿਹੜਾ ਸਰਦੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪੱਛਮੀ ਚੱਕਰਵਾਤ ਆਉਂਦੇ ਆ ਇਹਨਾਂ ਦੀ ਆਪਣੀ ਸਿਸਟਮ ਬਣਿਆ ਹੁੰਦਾ ਕਿ ਜਿਸ ਤਰ੍ਹਾਂ ਕਿ ਪ੍ਰੈਸ਼ਰ ਫਾਲ ਕਰਨਾ ਟੈਂਪਰੇਚਰ ਰਾਈਜ਼ ਕਰਨਾ ਤਾਂ ਫਿਰ ਜਿਹੜਾ ਵੈਸਟਰਨ ਡਿਸਟਰਬੈਂਸ ਅਪਰੋਚ ਕਰਦਾ ਸੋ ਹੁਣ ਵੀ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਨੌਰਥ ਵੈਸਟ ਇੰਡੀਆ ਨੂੰ ਅਪਰੋਚ ਕਰ ਰਿਹਾ ਜਿਹਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ ਸੋ ਇਹ ਜਤਾਇਆ ਜਾ ਰਿਹਾ ਕਿ ਹਲਕੀ ਜਿਹੜੀ ਬਾਰਿਸ਼ ਆ ਉਹ 48 ਘੰਟਿਆਂ ਦੇ ਵਿੱਚ ਹੋ ਸਕਦੀ ਹੈ ਕਿਤੇ ਕਿਤੇ ਜਿਹੜੇ ਆ ਗੜੇ ਵੀ ਪੈ ਸਕਦੇ ਆ ਜਾਂ ਫਿਰ ਜਿਹੜੀ ਬਿਜਲੀ ਜਿਹੜੀ ਚਮਕਦੀ ਆ ਉਹ ਵੀ ਥੋੜ੍ਹੀ ਬਹੁਤੀ ਲਾਈਟਨਿੰਗ ਦੀ ਵੀ ਚਾਂਸਿਸ ਹੈਗੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਦੀ ਬਾਰਿਸ਼ ਜਿਹੜੀ ਆ ਇੰਨੀ ਅਜਿਹਾ ਮੌਸਮ ਨਹੀਂ ਦੇਖਣ ਨੂੰ ਮਿਲਿਆ ਕੀ ਲੱਗਦਾ ਤੁਹਾਨੂੰ ਕਿ ਇਹ ਲੋਕਡਾਊਨ ਦਾ ਕਰਕੇ ਹੋਇਆ ਨਹੀਂ ਨਹੀਂ ਇਹ ਬਿਲਕੁਲ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਹੈ ਉਹ ਤਾਂ ਆਪਣਾ ਜਿਹੜਾ ਉੱਪਰ ਵਾਲਾ ਸਿਸਟਮ ਹੈ ਅਪਰ ਐਟਮੋਸਫੀਅਰ ਦੇ ਸਿਸਟਮ ਦੇ ਵਿੱਚ ਇਹਦਾ ਹੁੰਦਾ ਕਿ ਜਿਸ ਤਰ੍ਹਾਂ ਕਿ ਟੈਂਪਰੇਚਰ ਆਪਾਂ ਦੇਖਿਆ ਕਿ ਕਾਫੀ ਪਹਿਲਾਂ ਰਾਈਜ਼ ਰਹੇ ਆ ਉਸ ਤੋਂ ਬਾਅਦ ਬਾਰਿਸ਼ ਵੀ ਫ੍ਰੀਕੁਐਂਟਲੀ ਆਉਂਦੀ ਰਹੀ ਹੈ ਜਿਵੇਂ ਹੁਣ ਸਾਡੇ ਰਿਕਾਰਡ ਦੇ ਵਿੱਚ ਜਿਹੜੀ ਮਾਰਚ ਦੀ ਬਾਰਿਸ਼ ਹੈ 70 ਮਿਲੀਮੀਟਰ ਤੱਕ ਅਸੀਂ ਰਿਕਾਰਡ ਕੀਤੀ ਹੈ ਜਿਹੜੀ ਕਿ ਨੋਰਮਲ ਨਾਲੋਂ ਕਾਫੀ ਜ਼ਿਆਦਾ ਸੋ ਇਸ ਵਾਰੀ ਉਹਦਾ ਡਬਲ ਬੈਨੀਫਿਟ ਵੀ ਹੋਇਆ ਜੇ ਦੇਖਿਆ ਜਾਵੇ ਤਾਂ ਕਿਉਂਕਿ ਜਿਵੇਂ ਤੇਲਾ ਪੈਂਦਾ ਆ ਜ਼ਿਆਦਾ ਟੈਂਪਰੇਚਰ ਦੇ ਨਾਲ ਉਹ ਐਤਕੀ ਬਹੁਤ ਘੱਟ ਦੇਖਿਆ ਗਿਆ ਕਣਕ ਦੇ ਵਿੱਚ ਬਹੁਤੀ ਸਪਰੇਅ ਕਰਨ ਦੀ ਲੋੜ ਹੀ ਨਹੀਂ ਪਈ ਹੈਗੀ ਅਤੇ ਜਿਸ ਤਰ੍ਹਾਂ ਪਾਣੀ ਵੀ ਬਹੁਤ ਘੱਟ ਲੱਗਿਆ ਕਿਉਂਕਿ ਰੇਨਫਾਲ ਹੋਈ ਗਈ ਹੈ ਤਾਂ ਇਰੀਗੇਸ਼ਨਸ ਜਿਹੜੀਆਂ ਨੇ ਉਹ ਘੱਟ ਲੱਗੀਆਂ ਨੇ ਸੋ ਇਸ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਇਹ ਕਾਫੀ ਅੱਛੀ ਰਹੀ ਹੈ ਬਾਰਿਸ਼ ਜਿਹੜੀ ਹੋਈ ਹੈ ਔਰ ਇਹਦੇ ਕ੍ਰੋਪ ਸਟੈਂਡ ਵੀ ਇਹਦੇ ਨਾਲ ਬਹੁਤ ਅੱਛਾ ਰਿਹਾ ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੀ ਹੈ ਮਤਲਬ ਜਿਹੜੀ ਇਹਦੀ ਯੀਲਡ ਹੈ ਉਹ ਵੀ ਅੱਛੀ ਰਹੇਗੀ ਪਰ ਕਿਸਾਨ ਵੀਰਾਂ ਜਿਹੜੇ 48 ਘੰਟੇ ਇਹਨਾਂ ਨੂੰ ਜ਼ਰੂਰ ਧਿਆਨ 'ਚ ਰੱਖ ਕੇ ਆਪਣੇ ਜਿਹੜੇ ਫਸਲੀ ਜਿਹੜਾ ਖੇਤੀ ਧੰਦੇ ਅਪਣਾਉਣ ਤਾਂ ਕਿ 48 ਘੰਟਿਆਂ ਤੋਂ ਬਾਅਦ ਹੀ ਜਿਹੜਾ ਇਹਨਾਂ ਨੂੰ ਮਤਲਬ ਜੋ ਥ੍ਰੈਸ਼ਿੰਗ ਕਰਨੀ ਆ ਜਾਂ ਕੁਛ ਉਹੀ ਜਿਹੜੀ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਕਿ ਹੁਣ ਫਸਲਾਂ ਦੀ ਵਾਢੀ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਕਿਸਾਨ 13 ਅਪ੍ਰੈਲ ਤੋਂ ਬਾਅਦ ਹੀ ਜ਼ਿਆਦਾਤਰ ਜਿਹੜੇ ਆ ਮੰਡੀਆਂ ਦੇ ਵਿੱਚ ਕਣਕਾਂ ਨੂੰ ਲੈ ਕੇ ਜਾਂਦੇ ਨੇ ਅਤੇ ਕੀ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਜਾਂ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਨਹੀਂ ਐਕਚੁਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਲੇ ਤਾਂ ਲਾਈਟ ਰੇਨਫਾਲ ਦੇ ਚਾਂਸਿਸ ਆ ਬਹੁਤ ਜ਼ਿਆਦਾ ਨਹੀਂ ਹੈ ਅਤੇ ਕਣਕਾਂ ਜਿਹੜੀਆਂ ਨੇ ਆਲਮੋਸਟ ਪੱਕੀਆਂ ਹੋਈਆਂ ਹੁਣ ਤਾਂ ਵਾਢੀ ਲਈ ਤਿਆਰ ਹੈ ਜਸਟ ਇਸ ਲੈਵਲ 'ਤੇ ਜੇ ਹਵਾ ਜ਼ਿਆਦਾ ਨਾ ਚੱਲੇ ਜਾਂ ਗੜੇਮਾਰੀ ਨਾ ਜ਼ਿਆਦਾ ਲਵੇ ਫਿਰ ਇੰਨਾ ਨੁਕਸਾਨ ਨਹੀਂ ਹੁੰਦਾ ਅਤੇ ਬਾਕੀ ਇਹ ਹੈ ਕਿ ਜਦੋਂ ਹੁਣ ਹਾਰਵੈਸਟਿੰਗ ਹੋਏਗੀ ਉਸ ਤੋਂ ਬਾਅਦ ਹੀ ਪਤਾ ਚੱਲਦਾ ਕਿ ਇਹਦਾ ਜਦੋਂ ਡਾਟਾ ਆਉਂਦਾ ਕਿ ਕਿੰਨਾ ਜ਼ਿਆਦਾ ਇਸ ਵਾਰੀ ਝਾੜ ਰਿਹਾ ਜਾਂ ਕਿੰਨਾ ਘੱਟ ਰਿਹਾ ਜਾਂ ਵੱਧ ਰਿਹਾ ਬਟ ਅਦਰਵਾਈਜ਼ ਜਿਸ ਤਰ੍ਹਾਂ ਕਿ 48 ਘੰਟਿਆਂ ਤੋਂ ਬਾਅਦ ਕਿਸਾਨ ਵੀਰ ਆਪਣਾ ਜਿਹੜਾ ਖੇਤੀ ਧੰਦੇ ਕਰ ਸਕਦੇ ਆ ਉਸ ਤੋਂ ਬਾਅਦ ਜਦੋਂ ਹਾਰਵੈਸਟਿੰਗ ਹੋਏਗੀ ਥ੍ਰੈਸ਼ਿੰਗ ਹੋਏਗੀ ਸੋ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਇਸ ਤੋਂ ਬਾਅਦ ਜਿਹੜਾ ਹੈ ਉਹ ਮੌਸਮ ਕਾਫੀ ਸਾਫ਼ ਰਹਿਣ ਦੀ ਸੰਭਾਵਨਾ ਹੈ ਸੋ ਇਸ ਹਨ ਮੌਸਮ ਵਿਗਿਆਨੀ ਮੈਡਮ ਕੇ ਗਿੱਲ ਜੀ ਜਿਨ੍ਹਾਂ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੇ ਬਾਅਦ ਜਿਹੜੀ ਹੈ ਉਹ ਬਾਰਿਸ਼ ਹੋਣ ਦੀ ਸੰਭਾਵਨਾ ਨਾਲ ਦੀ ਨਾਲ ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਬਾਰਿਸ਼ ਤੇ ਗੜੇਮਾਰੀ ਤੋਂ ਆਪਣਾ ਬਚਾਓ ਕੀਤਾ ਜਾਵੇ ਕੈਮਰਾਮੈਨ ਸੋਨੀ ਦੇ ਨਾਲ ਰਜਿੰਦਰ ਅਰੋੜਾ ਗਲੋਬਲ ਪੰਜਾਬ ਟੀਵੀ ਲੁਧਿਆਣਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ